ਤੇ ਉਦੋਂ ਫਿਰ ਵਿਦੇਸ਼ ਜਾਣਾ ਸੌਖਾ ਸੀ ਕਿ ਔਖਾ ਸੀਗਾ ਉਦੋਂ ਔਖਾ ਸੀਗਾ ਜੀ ਤੁਹਾਡੇ ਲਈ ਕਿੰਨਾ ਸੌਖਾ ਰਹਾ ਜਾਂ ਔਖਾ ਰਹਾ ਸਾਡੇ ਲਈ ਔਖਾ ਰਹਾ ਜੀ ਜਦੋਂ ਇਹ ਪਹਿਲੀ ਵਾਰੀ ਵੀਜ਼ਾ ਲਗਾਉਣਾ ਸੀ ਅਸੀਂ 7 ਵਾਰੀ ਸਾਨੂੰ ਰਿਫਿਊਜ਼ ਕੀਤਾ ਸੀ 7 ਵਾਰੀ ਜਦੋਂ ਅਸੀਂ ਆ ਕੇ ਮੋਗੇ ਖੜੇ ਤੇ ਫਿਰ ਸਾਨੂੰ ਪਿੱਛੋਂ ਫੋਨ ਆ ਗਿਆ ਵੀ ਭਾਈ ਤੁਸੀਂ ਕੱਲ ਨੂੰ ਫੇਰ ਜਾਓ ਜੀ ਤੇ ਅੱਧੇ ਕੋ ਕਹਿੰਦੇ ਯਾਰ ਛੱਡੋ ਵੀਜ਼ਾ ਤਾਂ ਲੱਗਦਾ ਨਹੀਂ ਗਰਮੀ ਬਹੁਤ ਸੀ ਵੀ ਰਹਿਣ ਦੋ ਜਾਣਾ ਨਹੀਂ ਫਿਰ ਉਹ ਚੈਨੇ ਹੋਣਾ ਨੇ ਸਾਰਿਆਂ ਨੇ ਕਿਹਾ ਇਕੱਠੇ ਹੋ ਕੇ ਫੇਰ ਵੀ ਫੇਰ ਅਸੀਂ ਚਲੇਗੇ ਫਿਰ ਸਾਨੂੰ ਵੀਜ਼ਾ ਮਿਲ ਗਿਆ ਚੱਕਣੀਆਂ ਲੰਡੀਆਂ ਜੀਪਾਂ ਫੇਰ ਉਹ ਤਾਂ ਮੈਟਾ ਡੋਰ ਹੁੰਦਾ ਸੀਗਾ ਤੇ ਉਹਦੇ ਤੇ ਇਕੱਠਿਆਂ ਨੇ ਇਕੱਤੇ ਹੀ ਜਾਣਾ ਹੁਣ ਤਾਂ ਮੁੰਡੇ ਇਕੱਲੇ ਇਕੱਲੇ ਗੱਡੀ ਲਈ ਫਿਰਦੇ ਉਹਦੋਂ ਤਾਂ ਬੱਸਾਂ ਤੇ ਵੀ ਖੇਡ ਕਿਉਂਦੇ ਰਹੇ ਜਿਵੇਂ ਗੱਡੇ ਤਕੜੇ ਸੀਗੇ ਹਾਂ ਇਹ ਤਾਂ ਕਰੀ ਜਿਵੇਂ ਕਿ ਅੱਜ ਕੱਲ ਤਾਂ ਕੋਈ ਅ ਵੈਸੇ ਹਾਈ ਖਾਨਵਾਲ ਖੱਟਣਗੇ ਸੀ ਵਸਤੇ ਗਏ ਸੀ ਫਿਰ ਉੱਥੇ ਰਾਤ ਰਹਿ ਉਹਦੇ ਕੋਲੇ ਫਿਰ ਦੂਜੇ ਦੇ ਨਾਲ ਕਿਥੇ ਖੀਰਾਂ ਵਾਲੀ ਮੈਚ ਸੀ ਕਣੀ ਉੱਥੇ ਫਿਰ ਖੇਡੇ ਤੇ ਗੱਲ ਮੈਂ ਕਰਨੀ ਚਾਹਾਂਗਾ ਕਿ ਪਹਿਲਾਂ ਇੰਗਲੈਂਡ ਖੇਡਦਾ ਸੀ ਪਲੇਅਰ ਇੰਗਲੈਂਡ ਤੋਂ ਬਾਅਦ ਕੈਨੇਡਾ ਦੀ ਸਿਲੈਕਸ਼ਨ ਹੁੰਦੀ ਸੀ ਕੈਨੇਡਾ ਦੀ ਲਈ ਚੋਣ ਹੁੰਦੀ ਸੀ ਇੰਗਲੈਂਡ ਵਾਲੇ ਪਹਿਲਾਂ ਕਿਉਂ ਚੋਣ ਕਰਦੇ ਸੀ ਕੈਨੇਡਾ ਵਾਲੇ ਕਿਉਂ ਨਹੀਂ ਕਰਦੇ ਸੀ ਇੱਥੇ ਟੂਰਨਾਮੈਂਟ ਪਹਿਲਾਂ ਹੁੰਦੇ ਸੀ ਇੰਗਲੈਂਡ ਦੇ ਹਾਂ ਹਾਂ ਇੱਥੇ ਪਹਿਲਾਂ ਸਟਾਰਟ ਹੋ ਜਾਂਦੇ ਸੀ ਫਿਰ ਉਥੋਂ ਖੇਡ ਕੇ ਫਿਰ ਉਧਰ ਸੀਜ਼ਨ ਲਾਉਣ ਜਾਵੜਦੇ ਨਿੰਕ ਨੂੰ ਪਤਾ ਲੱਗ ਗਿਆ ਸੀ ਆ ਮੁੰਡਾ ਚੰਗਾ ਖੇਡ ਰਿਹਾ ਇਸ ਕਰਕੇ ਉਹਦੀ ਗਾਇਨ ਸੀ ਇਧਰ ਆ ਜੋ ਜੀ ਇੱਕ ਨਾਲੇ ਉਦੋਂ ਨਾ ਲੋਕਲ ਟੂਰਨਾਮੈਂਟ ਘੱਟ ਹੁੰਦੇ ਸੀ ਕੈਨੇਡਾ ਕੱਪ ਤੇ ਜਾਦੇ ਜ਼ੋਰ ਹੁੰਦਾ ਸੀ ਟੰਡੋ ਵਾਲਾ ਕੱਪ ਹਾਂ ਟੰਡੋ ਵਾਲਾ ਜੀ ਉਹ ਜਦੋਂ ਮੁੰਡੇ ਜਾਣੇ ਫਿਰ ਉਹ ਇੰਡੀਆ ਟੀਮ ਬਣਾਉਣੀ ਉਹਨਾਂ ਨੇ ਵੀ ਆ ਟੀਮ ਵਧੀਆ ਬਣਾਉ ਜੀ ਯਾਨੀ ਉਹਦਾ ਕਰਕੇ ਸੀ ਮੇਨ ਇਸ ਕਰਕੇ ਕਹਿੰਦੇ ਇੰਗਲੈਂਡ ਦੀ ਕਬੱਡੀ ਬਹੁਤ ਭਾਰੀ ਹੋਈ ਉਸ ਤੋਂ ਉਹ ਕੈਨੇਡਾ ਟੂਰਨਾਮੈਂਟ ਪਹਿਲਾਂ ਸਟਾਰਟ ਹਾਂ ਭਾਰੀ ਹੁੰਦੀ ਬਹੁਤ ਭਾਰੀ ਹੁੰਦੀ ਜੀ ਪਿੱਛੇ ਜੇ ਕੁਝ ਸਮਾਂ ਬੰਦ ਰਹੀ ਆ ਉਹਦਾ ਪਲੇਅਰਾਂ ਨੂੰ ਲੌਸ ਹੋਇਆਗਾ ਤੇ ਜੀ ਜੀ ਤੇ ਕਿਹੜੇ ਕਿਹੜੇ ਸਨ ਕਿੱਥੇ ਕਿੱਥੇ ਖੇਡੇ ਹੋ ਤੁਸੀਂ ਜੀ ਮੈਂ ਜੀ 94 ਤੋਂ ਲੈ ਕੇ ਫਿਰ 95 ਚ ਵੀ ਸਾਰੇ ਕੈਨੇਡਾ ਅਮਰੀਕਾ ਖੇਡੇ ਜੀ ਤੇ 96 ਦੇ ਵਿੱਚ ਫਿਰ ਮੈਰਿਜ ਹੋ ਗਈ ਸੀ ਉੱਥੇ ਤੇ ਮੈਰਿਜ ਤੋਂ ਬਾਅਦ ਫਿਰ ਮੈਂ ਮੁੜਿਆ ਸੀ ਇੱਥੇ ਜੀ ਫਿਰ 97 ਦੇ ਵਿੱਚ ਮੈਂ ਪੱਕੇ ਤੌਰ ਤੇ ਗਿਆ ਯਾਨੀ ਕਿ 97 ਦਾ ਲਾਸਟ ਮੈਚ ਖੇਡਿਆ ਸੀ ਨਹੀਂ ਲਾਸਟ ਨਹੀਂ ਅਸੀਂ ਤਾਂ ਹਰ ਨਹੀਂ ਨਹੀਂ ਇੰਡੀਆ ਇੱਥੇ ਇੰਡੀਆ ਸੀ ਹਰ ਸਾਲ ਹੀ ਮੁੜੇ ਹੁੰਦੇ ਯਾਨੀ ਕਿ ਹਰ ਸਾਲ ਖੇਡਣਾ ਹੁੰਦਾ ਸੀ ਹਾਂ ਹਾਂ ਤੇ ਕਿਹੜੇ ਸਾਲ ਦੇ ਸਭ ਤੋਂ ਤਕੜਾ ਖੇਡੇ ਤੁਸੀਂ ਬਾਹਰ ਬਾਹਰ ਤਾਜੀ ਅਸੀਂ ਤਕੜਾ ਹੀ ਖੇਡੇ ਜਿੰਨਾ ਚਿਰ ਖੇਡੇ ਕਿੰਨੇ ਕਿੰਨੇ ਜੱਫੇ ਹੁੰਦੇ ਸੀ ਉੱਥੇ ਜੱਫੇ ਤਾਂ ਹੁਣ ਕੀ ਕਹਸੇ ਕਿੰਨੇ ਕਹਿ ਸਕਦੇ ਜਨੇ ਆਪਦੇ ਜੱਫੇ ਅਸੀਂ ਕੱਢ ਦਿੰਦੇ ਤਿੰਨ ਚਾਰ ਜੱਫੇ ਆਪਦੇ ਲਾ ਦਈਦੇ ਅਈ ਮੈਟਰੋ ਸਪੋਰਟਸ ਕਲਬ ਉਹ ਖੇਡਦੇ ਸੀਗੇ ਤੇ ਹਰਜੀਤ ਕਿਸ ਤਰ੍ਹਾਂ ਦਾ ਇਨਸਾਨ ਸੀ ਇੱਕ ਸਵਾਲ ਆ ਕਿਉਂਕਿ ਹਰਜੀਤ ਬਾਰੇ ਬਹੁਤ ਜ਼ਿਆਦਾ ਅਫਵਾਹਾਂ ਨੇ ਤੁਸੀਂ ਇਕੱਠੇ ਖੇਡੇ ਹੋਗੇ ਜਿਵੇਂ ਕਿ ਬੈਲੀ ਬਾਈ ਨੇ ਵੀ ਗੱਲਬਾਤ ਬੇਬਾਕ ਕਰੀ ਸੀਗੀ ਪਿਛੇ ਜਿਹੇ ਇੰਟਰਵਿਊ ਹੋਇਆ ਸੀ 1.5 ਘੰਟੇ ਦੀ ਭਾਈ ਬੈਲੀਚੂਡ ਚਾ ਕਾਫੀ ਵਧੀਆ ਇਨਸਾਨ ਨੇ ਤੁਹਾਡੇ ਵੀ ਉਹਨਾਂ ਨਾਲ ਕਾਫੀ ਲਿੰਕ ਸੀ ਹਰਜੀਤ ਕਿਸ ਤਰ੍ਹਾਂ ਦਾ ਇਨਸਾਨ ਸੀ ਤੁਹਾਡੇ ਨਾਲ ਮਿਲਬਰਤਨ ਕਿਸ ਤਰ੍ਹਾਂ ਦਾ ਸੀ ਹਰਜੀਤ ਵਰਗਾ ਤਾਂ ਜੀ ਬੰਦਾ ਅਜ ਤੱਕ ਨਾ ਤਾਂ ਹੋਇਆ ਤੇ ਨਾ ਹੀ ਹੋਣਾ ਉਹਦੇ ਵਰਗਾ ਬੰਦਾ ਇੰਨਾ ਇਨਸਾਨ ਵਧੀਆ ਯਾਨੀ ਤੁਹਾਡੇ ਨਾਲ ਕਿੰਨੀਆਂ ਕਿ ਯਾਦਾਂ ਜੁੜੀਆਂ ਨੇ ਸਾਡੇ ਨਾਲ ਤਾਂ ਸਾਰੀਆਂ ਚਾਹਤਾਂ ਹੀ ਇਹ ਤਾਂ ਇਕੱਠੇ ਹੀ ਰਹੇ ਸਾਡੇ ਨਾਲ ਤਾਂ ਯਾਨੀ ਸਾਨੂੰ ਇੰਨਾ ਘਾਟਾ ਪਿਆ ਯਾਨੀ ਵਦਿਆ ਕਿਸੇ ਨੂੰ ਨਹੀਂ ਪਿਆ ਹੋ ਸਕਦਾ ਜੀ ਤੇ ਜਦੋਂ ਤੁਸੀਂ ਇਕੱਠੇ ਰਹਿੰਦੇ ਸੀਗੇ ਤੇ ਇਕੱਠਿਆਂ ਦੀ ਚੋਣ ਹੁੰਦੀ ਤੁਹਾਡੀ ਹਾਂਜੀ ਇਕੱਠਿਆਂ ਦੀ ਹੁਣ ਵੀ ਜਦੋਂ ਇਹਨਾਂ ਦੀ ਡੈਥ ਹੋਈ ਉਦੋਂ ਵੀ ਅਸੀਂ ਇਕੱਠਿਆਂ ਨੇ ਜਾਣਾ ਸੀ ਖੇਡਣਾ ਇੱਕੋ ਇੱਕ ਕਲੱਬ 'ਚ ਖੇਡਣਾ ਸੀ ਕਿੰਨੇ ਕੁ ਰੇਟ ਵਾਲਾ ਪਲੇਅਰ ਸੀ ਹਰਜੀਤ ਵਾਜਾਖਾਨਾ ਉਦੋਂ ਐਨੇ ਪੈਸੇ ਨਹੀਂ ਹੁੰਦੇ ਸੀ ਉਦੋਂ ਜਾਰੀ ਦੋਸਤੀ ਹੁੰਦੀ ਸੀ ਹਾਂ ਜਿੱਥੇ ਜਿਹੇ ਨਾਂ ਜਵਾਨ ਕਰ ਲਈ ਵੀ ਉੱਥੇ ਖੇਡਣਾ ਖੇਡਣਾ ਪੈਸੇ ਚਾਹੇ ਘੱਟ ਮਿਲਣ ਚਾਹੇ ਵੱਧ ਮੈਂ ਨਹੀਂ ਉਹਨਾਂ ਸਮੇਂ ਤੁਹਾਡਾ ਕੀ ਰੇਟ ਸੀਗਾ ਸਾਡਾ ਰੇਟ ਉਤੋਂ ਤੋਂ ਕੋਸਮ ਨਹੀਂ ਸੀ ਸਾਡਾ 11500 ਦਿੰਦੇ ਸੀ 11500 ਡਾਲਰ ਉਹਨਾਂ ਸਮੇਂ ਬਹੁਤ ਸੀ ਕਿ ਨਹੀਂ ਉਹਨਾਂ ਸਮੇਂ ਬਹੁਤ ਸੀ ਉਹਨੇ ਚੀ ਖਾਸ ਸੀ ਤੇ ਤੁਹਾਡਾ ਉਹਨਾਂ ਸਮੇਂ ਚ ਫੇਵਰੇਟ ਰੇਡਰ ਤੇ ਜਾਫੀ ਕਿਹੜਾ ਸੀ ਜੀ ਮੇਰਾ ਤਾਂ ਹਰਜੀਤ ਸੀਗਾ ਜੀ ਤੇ ਜਾਫੀ ਜੀ ਜਾਫੀ ਕਾਲਾ ਸੀਗਾ ਜੀ ਜਾਨੀ ਕਿ ਤੂੰ ਨੇ ਤਕੜੇ ਫੇਮਸ ਤੁਹਾਨੂੰ ਮੈਨੂੰ ਤਕੜੇ ਸੀ ਤੂੰ ਨੇ ਇਕੱਠੇ ਖੇਡੇ ਸੀ ਆਏ ਨਹੀਂ ਵੀ ਅਸੀਂ ਇਕੱਠੇ ਖੇਡਦੇ ਕਰਕੇ ਵੀ ਨਾ ਉਹ ਲਾਈਨਾਂ ਮੈਂ ਸੀ ਤਕੜੇ ਕਦੇ ਆਪਸ ਦੇ ਵਿੱਚ ਮਾੜੀ ਮੋਟੀ ਤੂ ਤੂ ਮੈਂ ਮੇ ਹੋਈ ਹੋਵੇ ਨਾ ਜੀ ਕਦੇ ਨਹੀਂ ਅਸੀਂ ਤਾਂ ਭਰਾ ਵਾਂਗ ਰਹਿੰਦੇ ਆ ਕੋਈ ਚੱਕਰ ਨਹੀਂ ਸਾਡਾ ਜੀ ਭਵੇਂ ਹਰਜੀਤ ਇਸ ਦੁਨੀਆ ਦੇ ਵਿੱਚ ਨਹੀਂ ਤੇ ਸਭ ਤੋਂ ਵੱਧ ਨੇੜ ਸਾਡਾ ਉਹਦੀ ਫੈਮਿਲੀ ਨਾਲ ਵੀ ਬੜਾ ਪਿਆਰ ਸਾਡਾ ਤੇ ਸਭ ਤੋਂ ਵੱਧ ਨੇੜ ਤਾਂ ਕਿਹੜੇ ਖਿਡਾਰੀ ਦੇ ਨਾਲ ਆ ਤੁਹਾਡੀ ਵੀ ਸਾਰੇ ਜੀ ਅਸੀਂ ਇਕੱਠੇ ਹੀ ਆ ਹਾਂ ਟ੍ਰਾਂਟੋ ਉੱਥੇ ਗਾਗੋ ਭੀਮਾ ਬੈਲੀ ਤੇ ਰਾਜਾ ਤੇ ਕਾਲਾ ਹੁਣ ਇੱਥੇ ਆਇਆ ਹੋਇਆ ਵੈਨਕੂਵਰ ਰਹਿੰਦਾ ਤੇ ਅਸੀਂ ਸਾਰੇ ਵਧੀਆ ਠੀਕ ਆ ਤੇ ਪੰਜਾਬ ਦੇ ਵਿੱਚ ਜਦੋਂ ਆਉਣੇ ਇੱਥੇ ਕਿਹੜੇ ਪਲੇਰਾਂ ਨਾਲ ਜ਼ਿਆਦਾ ਉੱਠਦੇ ਬੈਨੋ ਜਾਂ ਜਿਨ੍ਹਾਂ ਨਾਲ ਜ਼ਿਆਦਾ ਮਿਲਣਾ ਖੁਸ਼ੀ ਲੱਗਦੀ ਜਦੋਂ ਆਪਾਂ ਭਾਈ ਕੋਲ ਜਾ ਕੇ ਆਈਏ ਇੱਥੇ ਸਾਰੇ ਹੀ ਆ ਜਦੋਂ ਕੋਹਲੀ ਵਾਲਾ ਗੇਲਾ ਹੋ ਗਿਆ ਹਨਾ ਸਿੱਧਮਾਲ ਚੈਨਾ ਹੋ ਗਿਆ ਜਿਵੇਂ ਉਧਰੋਂ ਅਸੀਂ ਇੱਥੇ ਹੋਰ ਮੁੰਡੇ ਬਹੁਤ ਹੈਗੇ ਯਾਨੀ ਅਕਸਰ ਹੀ ਬੈਨੋ ਉੱਠਦੇ ਬੈਨੋ ਉੱਠਦੇ ਗਰਮੀਤ ਗੁੱਸੇ ਵਾਲਾ ਹੋ ਗਿਆ ਜੀ ਗਰਮੀਤ ਗੁੱਸੇ ਆ ਸੌਰੀ ਉਹ ਉਹ ਹੋ ਗਿਆ ਤੇ ਆਪਣੇ ਮੁੰਡੇ ਸ਼ੇਰਪੁਰੇ ਵਾਲੇ ਹੋ ਗਏ ਬੋਕ ਹੋਣੀ ਗੀਤੇ ਹੋਣੀ گلزار ਹੋ ਗਿਆ ਸਦਮਾਲ ਜੀ ਤੇ ਯਾਨੀ ਇਹ ਸਾਰੇ ਯਾਨੀ ਕਿ ਅੱਜ ਵੀ ਜੁਆਇਨ ਹੋ ਹਾਂਜੀ ਹਾਂਜੀ ਹਾਂ ਅੱਜ ਦੀ ਕੋਆਰਡੀਨੇਟ ਜੁਆਇਨ ਹੋ ਕਿ ਨਹੀਂ ਦੇਖ ਲਈਦਾ ਕਦੇ ਕਦੇ ਟੂਰਨਾਮੈਂਟ ਜਾਵੜੀ ਦਾ ਐ ਨਹੀਂ ਗੱਲ ਕੋਈ ਤੇ ਜ਼ਿਆਦਾ ਮੌਲਮ ਨਹੀਂ ਬੱਚ ਵੀ ਵੀ ਆਪਾਂ ਵੀ ਕਿਸ ਕਲੱਬ ਦੇ ਨਾਲ ਜਾਂ ਉਹ ਨਹੀਂ ਉਦਾਂ ਨਹੀਂ ਕਿਉਂ ਪਿੱਛੇ ਹਟੇ ਕਾਰਨ ਕੀ ਬਸ ਉਦਾਂ ਹੀ ਕਵੀਲਦਾਰੀ ਚ ਹਣ ਕਵੀਲਦਾਰੀ ਕੋਈ ਹੋਰ ਕਾਰਨ ਕਾਰਨ ਹੁਣ ਤੁਹਾਨੂੰ ਪਤਾ ਹੀ ਹੈ ਇੱਥੇ ਵੀ ਹੁਣ ਆਪਾਂ ਕੀ ਦਸੀਏ ਤੁਹਾਨੂੰ ਜੀ ਆਪ ਨੂੰ ਚੰਗਾ ਨਹੀਂ ਲੱਗਦਾ ਉਹ ਚੀਜ਼ਾਂ ਜਿਹੜੀਆਂ ਹੁਣ ਚੱਲ ਰਹੀਆਂ ਉਹਦਾ ਕਰਕੇ ਵੀ ਹੁਣ ਪਿੱਛੇ ਹੀ ਠੀਕ ਆ ਜੀ ਕਦੇ ਆਉਣ ਬਾਰੇ ਸੋਚਿਆ ਹੋਵੇ ਕਿਸੇ ਨੇ ਕਿਹਾ ਹੋਵੇ ਤੁਸੀਂ ਵੀ ਇਨਵੋਲਵ ਹੋ ਨਾ ਜੀ ਨਾ ਆਪਾਂ ਹੋ ਨਹੀਂ ਸਕਦੇ ਐਦਾਂ ਦੇ ਹਾਲਾਤਾਂ 'ਚ ਨਹੀਂ ਹੋ ਸਕਦਾ ਤੇ ਪਿੰਡ ਟੂਰਨਾਮੈਂਟ ਕਰਾਇਆ ਕਿ ਨਹੀਂ ਤੁਸੀਂ ਜੀ ਪਿੰਡ ਟੂਰਨਾਮੈਂਟ ਹੁੰਦਾ ਹੀ ਸਾਡੇ ਵਧੀਆ ਜਿਵੇਂ ਕਿ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਉੱਪਰ ਕੀ ਆਈ ਉਹ ਕਲੱਬ ਨੂੰ سپورਟ ਸੀ ਕਿ ਨਹੀਂ ਤੁਹਾਡੀ ਹਾਂ ਉਹਨਾਂ ਨੂੰ سپورਟ ਸੀ ਉਹ ਉਹ ਸੀਗੀ ਸਪੋਰਟ ਚ ਆਪਣੇ ਚੈਲੇਂਜ ਦੀ ਟੀਮ ਬਣਾਈ ਹੋਈ ਤੇ ਹੁਣ ਚਲੋ ਨਹੀਂ ਬਣਾਈ ਪਹਿਲਾਂ ਜਿੰਨੀਆਂ ਚੱਟ ਰਹੀ ਆ ਆਪਾਂ ਸਪੋਰਟ ਕਰਦੇ ਨੇ